ਇਹ ਗੱਲਬਾਤ ਇਹ ਹੋਈ ਆ ਜੀ, ਜਾਂ ਇਹਨੂੰ ਅੱਜ ਅਸਮਾਨੀ ਬਿਜਲੀ, ਇੱਕ ਆਪਣਾ ਝੋਨਾ ਲਾਉਣ ਗਿਆ ਵਿਚਾਰਾ, ਇਹਨੂੰ ਅਸਮਾਨੀ ਬਿਜਲੀ ਪੈ ਗਈ ਆ, ਉਹਦੇ ਨਾਲ ਇਹਦੀ ਡੈਥ ਹੋ ਗਈ ਆ। ਅਤੇ ਗਰੀਬ ਪਰਿਵਾਰ ਆ ਬਹੁਤ, ਅਸੀਂ ਇਸ ਵੇਲੇ ਸਾਰੇ ਨਗਰ ਇਹਨਾਂ ਨਾਲ ਪਰਿਵਾਰ ਨਾਲ ਇਹਨਾਂ ਨਾਲ ਦੁੱਖ ਸਾਂਝਾ ਕਰਦੇ ਹਾਂ। ਪਰ ਇੱਕ ਗੱਲ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਇਹਨਾਂ ਦੀ ਬਣਦੀ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਪਰਿਵਾਰ ਬਹੁਤ ਗਰੀਬ ਆ। ਇਹਨਾਂ ਦੇ ਮਕਾਨ ਵੀ ਤੁਸੀਂ ਵੇਖ ਸਕਦੇ ਜੇ, ਛੋਟੇ ਛੋਟੇ ਬੱਚੇ ਵੀ ਆ, ਅਤੇ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਇਹਨਾਂ ਦਾ ਚੱਲਦਾ ਵਾ। ਅਤੇ ਇਹ ਤਾਂ ਵਿਚਾਰਾ ਝੋਨਾ ਲਾਉਣ ਗਿਆ ਸੀ ਅਤੇ ਉੱਥੇ ਇਸ ਤਰ੍ਹਾਂ ਹੋ ਗਈ ਇਹਦੀ ਡੈਥ। ਇਹੋ ਕਮਾਉਣ ਵਾਲਾ ਸੀ ਜੀ, ਇਹੋ ਕਮਾਉਣ ਵਾਲਾ, ਹੋਰ ਕੋਈ ਨਹੀਂ ਕਮਾਉਣ ਵਾਲਾ। ਇਹ ਅੱਡ ਬਾਹਰ ਹੀ ਆਪਣੇ ਪਰਿਵਾਰ ਨਾਲੋਂ, ਅਤੇ ਛੋਟੇ ਛੋਟੇ ਬੱਚੇ ਅਜੇ, ਕੋਈ ਹੋਰ ਇਹਦਾ ਕਮਾਉਣ ਵਾਲਾ ਕੋਈ ਨਹੀਂ ਹੈਗਾ ਜੀ। ਬਾਜੀ ਝੋਨਾ ਲਾਉਂਦੇ ਅਸੀਂ ਤਾਂ ਵੇਖਿਆ ਵੀ ਨਹੀਂ, ਤੇ ਪਿੱਛੇ ਦੇ ਪਿੱਛੇ ਡਿੱਗ ਕੇ ਮੁੜ ਕੇ ਜਾਣ ਉਹਦਾ ਨਿਕਲ ਗਈ। ਕੱਕੇ ਕੰਡਲ 'ਚ ਕਰਨਜੀਤ ਸਿੰਘ ਸਾਨਾ ਮੋਰਚਾ ਸਿੰਘ ਆ ਵਾਸੀ ਕੱਕੇ ਕੰਡਲ ਦਾ। ਇਹ ਝੋਨਾ ਲਾ ਰਿਹਾ ਸੀ ਦਿਲਪਾਲ ਸਿੰਘ ਦੀ ਗਲੀ 'ਚ, ਉੱਥੋਂ ਇਹਨੇ ਝੋਨਾ ਲਾਉਂਦੇ ਸੀ, ਕਹਿੰਦੇ ਵੀ ਇਹਨਾਂ ਨੂੰ ਬਿਜਲੀ ਪਈ ਆ, ਪਰ ਸਰੀਰ ਦੇ ਉੱਤੇ ਕਿਤੇ ਵੀ ਸੜਨ ਦਾ ਨਿਸ਼ਾਨ ਨਹੀਂ ਹੈਗਾ। ਫਿਰ ਵੀ ਅਸੀਂ ਇਹਨਾਂ ਦੀ ਜਿਹੜੀ ਆ ਕਾਰਵਾਈ ਕਰਕੇ ਪੋਸਟਮਾਰਟਮ ਕਰਕੇ ਇਹਦੇ ਮੌਤ ਦੇ ਕਾਰਨ ਦਾ ਪਤਾ ਕੀਤਾ ਜਾਵੇਗਾ।